ਸੜਕਤੇ ਬੇਸੁੱਧ ਪਈ ਮਾਂ ਤੇ ਵਿਲਾਪ ਕਰਦੇ ਰਿਸ਼ਤੇਦਾਰਾਂ ਦੇ ਸਾਹਮਣੇ ਉਹਨਾਂ ਦੇ ਜਵਾਨ ਪੁੱਤ ਦੀ ਸਿਰਕੱਟੀ ਲਾਸ਼ ਪਈ ਹੋਈ ਹੈ, ਜਿਸ ਨੂੰ ਇੱਕ ਕਾਰ ਸਵਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਅਤੇ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਨੌਜਵਾਨ ਦਾ ਸਿਰ ਹੀ ਧੜ ਤੋਂ ਅਲੱਗ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ। ਪੁੱਤ ਦਾ ਅਜਿਹਾ ਹਸ਼ਰ ਦੇਖ ਕੇ ਇੱਥੇ ਮਾਂ ਬੇਸੁੱਧ ਹੋ ਗਈ, ਜਦਕਿ ਬਾਕੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਉਹਨਾਂ ਦੇ ਹੰਝੂ ਰੁਕ ਨਹੀਂ ਰਹੇ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਵੇਰ ਸਮੇਂ ਆਪਣੇ ਘਰ ਤੋਂ ਨਿਕਲਿਆ ਤੇ ਕਰਿਆਨੇ ਦੀ ਦੁਕਾਨ ਤੋਂ ਕੁਝ ਸਮਾਨ ਲੈਣ ਜਾ ਰਿਹਾ ਸੀ। ਸਮਾਨ ਲੈ ਕੇ ਵਾਪਸ ਪਰਤ ਰਿਹਾ ਸੀ ਤਾਂ ਇਸੇ ਵਿਚਾਲੇ ਹੀ ਇੱਕ i20 ਕਾਰ ਚਾਲਕ ਦੇ ਵੱਲੋਂ ਇਸ ਨੌਜਵਾਨ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ ਜਾਂਦੀ ਹੈ, ਕੁਚਲ ਦਿੱਤਾ ਜਾਂਦਾ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦਾ ਸਿਰ ਹੀ ਧੜ ਤੋਂ ਵੱਖ ਹੋ ਜਾਂਦਾ ਹੈ। ਇਹ ਮੰਜ਼ਰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ ਤੇ ਜਦੋਂ ਮਾਂ ਨੇ ਆਪਣੇ ਪੁੱਤ ਦੀ ਸਿਰਕੱਟੀ ਲਾਸ਼ ਦੇਖੀ ਤਾਂ ਉਹ ਉੱਥੇ ਹੀ ਬੇਸੁੱਧ ਹੋ ਕੇ ਡਿੱਗ ਗਈ। ਦੂਜੇ ਪਾਸੇ ਰਿਸ਼ਤੇਦਾਰ ਵੀ ਵਿਰਲਾਪ ਕਰ ਰਹੇ ਨੇ, ਧਾਹਾਂ ਮਾਰ ਮਾਰ ਕੇ ਰੋ ਰਹੇ ਨੇ। ਇਸ ਨੌਜਵਾਨ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ, ਜਿਸ ਦਾ ਨਾਮ ਪਵਨ ਸੀ। ਇਹ ਹਾਦਸਾ ਹੁਸ਼ਿਆਰਪੁਰ ਦੇ ਦਸੂਹਾ ਹਾਜੀਪੁਰ ਮੁੱਖ ਸੜਕ ਤੇ ਵਾਪਰਿਆ, ਜਿੱਥੇ ਪਿੰਡ ਖਿਜਰਪੁਰ ਦੇ ਵਿੱਚ ਸਵੇਰ ਸਮੇਂ ਇਹ ਨੌਜਵਾਨ ਪਵਨ ਆਪਣੇ ਘਰ ਤੋਂ ਕਰਿਆਨੇ ਦੀ ਦੁਕਾਨ ਤੱਕ ਗਿਆ ਕੁਝ ਸਮਾਨ ਲੈਣ ਲਈ ਤੇ ਜਿਵੇਂ ਹੀ ਸਮਾਨ ਲੈ ਕੇ ਵਾਪਸ ਪਰਤ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਆਉਂਦੀ i20 ਕਾਰ ਨੇ ਇਸ ਨੂੰ ਕੁਚਲ ਦਿੱਤਾ। ਇਹ ਕਾਰ ਚਾਲਕ ਖੁਦ ਮੌਕੇ ਤੋਂ ਫਰਾਰ ਹੈ ਤੇ ਇੱਥੇ ਨੌਜਵਾਨ ਦੀ ਸਿਰਕੱਟੀ ਲਾਸ਼ ਇੱਦਾਂ ਹੀ ਸੜਕ ਤੇ ਪਈ ਰਹਿੰਦੀ ਹੈ, ਜਿਸ ਨੂੰ ਲੋਕ ਦੇਖਦੇ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੀ ਇੱਥੇ 2.5 ਘੰਟੇ ਦੇਰੀ ਨਾਲ ਪਹੁੰਚੀ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਵਨ ਦੇ ਹੀ ਇੱਕ ਵੱਡੇ ਭਰਾ ਦੀ ਵੀ ਇਸੇ ਤਰ੍ਹਾਂ ਸੜਕ ਹਾਦਸੇ 'ਚ ਮੌਤ ਹੋਈ ਸੀ ਤੇ ਹੁਣ ਪਵਨ ਵੀ ਇਸੇ ਤਰ੍ਹਾਂ ਹੀ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਤੇ ਉਸਦੀ ਵੀ ਮੌਤ ਹੋ ਗਈ ਹੈ। ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਵੱਡੀ ਗੱਲ ਇਹ ਹੈ ਕਿ ਪੁੱਤ ਦੀ ਸਿਰਕੱਟੀ ਲਾਸ਼ ਸੜਕ 'ਤੇ ਪਈ ਦੇਖ ਮਾਪਿਆਂ ਦੇ ਹੋਸ਼ ਉੜ ਗਏ। ਉਧਰ ਪੁਲਿਸ ਦਾ ਕਹਿਣਾ ਹੈ ਕਿ ਕਾਰ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਕਾਰ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਸਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਕੀਤੀ ਜਾਏਗੀ। ਮੇਰੇ ਅਰਲੀ ਮਾਰਨਿੰਗ ਦਾ ਇੱਥੇ ਬੱਚਾ ਇਹਦਾ ਥੱਲਿਓਂ ਆ ਰਿਹਾ, ਇਹਦਾ ਚੁਰਸਤਾ ਪੈਂਦਾ ਇੱਥੇ ਸਾਡਾ ਖਿਜਰਪੁਰ ਦਾ ਅੱਡਾ ਆ ਤੇ ਇੱਧਰ ਬੱਸ ਖੜੀ ਸੀ, ਬੱਸ ਨੂੰ ਉਹ ਕਿਧਰ ਇੱਧਰ ਗੱਡੀ ਆ ਰਹੀ ਸੀ ਆਪਣਾ ਹਾਈਵੇ ਵਾਲੀ ਤਰਫ ਤੋਂ ਤੇ ਉਹ ਅਚਾਨਕ ਕ੍ਰੋਸ ਕਰਨਾ ਰੋਡ ਤੇ ਗੱਡੀ ਇੱਧਰੋਂ ਸਪੀਡ 'ਤੇ ਆ ਰਹੀ, ਗੱਡੀ ਜਾ ਕੇ ਉਹਦੇ ਟਕਰਾਈ ਤੋਂ ਖੰਭੇ 'ਚ ਜਾ ਕੇ ਵਜਾ ਉਹਦੇ ਇੱਥੇ ਐਟੇ ਬਹੁਤ ਹੀ ਸਪੋਰਟ ਮੋਰੇ ਦੀ ਡੈਥ ਹੋ ਗਈ ਇੱਥੇ। ਕਿੰਨੀ ਉਮਰ ਦਾ ਸੀ ਮੁੰਡਾ? ਮੁੰਡਾ ਕੋਈ 22 ਸਾਲ ਦੀ ਉਮਰ ਸੀਗੀ ਜੀ। ਤੇ ਪੁਲਿਸ ਪ੍ਰਸ਼ਾਸਨ ਕਦੋਂ ਟਾਈਮ ਤੇ ਪਹੁੰਚ ਗਿਆ ਸੀਗਾ? ਬਸ ਪੌਣੇ 2 ਘੰਟੇ ਬਾਅਦ ਪਹੁੰਚਿਆ ਇੱਥੇ। ਤੇ ਦੂਸਰੇ ਪਾਸੇ ਇੱਕ ਬੱਸ ਖੜੀ ਸੀ, ਅਚਾਨਕ ਦੂਸਰੇ ਪਾਸੇ ਇੱਕ ਵਿਅਕਤੀ ਇਸ ਪਿੰਡ ਦਾ ਹੀ ਸੀ, ਉਹ ਕ੍ਰੋਸ ਕਰ ਰਿਹਾ ਸੀ ਜਿਹਦੇ ਵਿੱਚ ਗੱਡੀ ਹਿੱਟ ਕੀਤੀ ਹੈ ਕਾਰ, ਜਿਸ ਕਰਕੇ ਉਹਦੀ ਮੌਕੇ 'ਤੇ ਮੌਤ ਹੋ ਗਈ। ਜਿਹਦੀ ਡੈੱਡ ਬੋਡੀ ਆਪਾਂ ਪਹੁੰਚਾਈ ਕਿਹੜੀਆਂ ਭੇਜ ਦਿੱਤੀ ਮੌਤ ਦੇ ਵਿੱਚ, ਬਾਕੀ ਅਗਲੀ ਕਾਰਵਾਈ ਕਰ ਰਹੇ ਹਾਂ, ਬਿਆਨ ਲੈ ਕੇ ਕਰ ਰਹੇ ਹਾਂ। ਕਾਰ ਵਾਲਾ ਵਿਅਕਤੀ ਮੌਕੇ 'ਤੇ ਹੀ ਕਾਰ ਛੱਡ ਕੇ ਚਲਾ ਗਿਆ ਅਤੇ ਆ ਜਾਏਗਾ, ਬਾਕੀ ਉਹਦੇ ਖਿਲਾਫ਼ ਜੋ ਬਣਦੀ ਕਾਰਵਾਈ ਕਰਾਂਗੇ। ਅਤੇ ਮਰਨ ਵਾਲੇ ਦਾ ਨਾਂ ਹੈ ਪਵਨ ਸਿੰਘ ਪੁੱਤਰ ਬਚਨ ਸਿੰਘ, ਵਾਸੀ ਖਿਜਰਪੁਰੀ।